ਆ ਉਹ ਗੱਲਾਂ ਕਰੂਗੀ ਜਿਹੜਾ ਕਦੇ ਸੋਚਿਆ ਹੀ ਨਹੀਂ ਦਿੱਲੀ ਅੱਜ ਉਹਨਾਂ ਤੋਂ ਤਰਾ-ਤਰਾ ਕਰਦੀ ਹੈ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਕਿ ਟਿਕਟਾਂ ਵੇਚਦੇ ਐ ਕਰੋੜਾ ਰੁਪਏ ਇਕੱਠੇ ਕਰਦੇ ਐ ਇੱਕ ਨਹੀਂ ਕਲੀਰ ਦੀ ਗੱਤ ਸੁਣੋ ਸੱਤ ਜੀ ਸੀ ਮਿਠਾ ਮੈਂ ਅਸੀਂ ਇਕੱਠੇ ਪੜਦੇ ਸੀ ਔਰ ਆ ਜਿਹੜਾ ਬਾਂਦਰ ਜਾਇ ਪਤਾ ਨਹੀਂ ਕਿਥੋਂ ਜੰਮਿਆ ਇਹਨੇ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਅਮਰਿੰਦਰ ਸਿੰਘ ਮੈਨੂੰ ਬਾਂਦਰ ਕਹਿੰਦਾ ਤੋ ਬਾਂਦਰ ਨੂੰ ਬਾਂਦਰ ਦਾ ਕਹਾ ਤਾਂ ਮੈਂ ਕੀ ਕਹਾ 6 ਮਹੀਨੇ ਰਹਿ ਗਏ ਉਨਕੀ ਸਰਕਾਰ ਕੋ 6 ਮਹੀਨੇ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਡੇ ਪ੍ਰੋਗਰਾਮ ਪ੍ਰਾਈਮ ਇਲੈਕਸ਼ਨ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਜਿਵੇਂ ਕਿ ਅਸੀਂ ਵਾਅਦਾ ਕੀਤਾ ਆਪਣੇ ਸਾਰੇ ਦਰਸ਼ਕਾਂ ਨਾਲ ਕਿ ਅਸੀਂ ਉਹਨਾਂ ਦੀ ਮੁਲਾਕਾਤ ਕਰਵਾਉਂਦੇ ਰਾਂਗੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨਾਲ ਤਾਂ ਕਿ ਉਹ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਆਪਣਾ ਫੈਸਲਾ ਕਰ ਸਕਣ ਤੇ ਅੱਜ ਮੇਰੇ ਨਾਲ ਨੇ ਡਾਕਟਰ ਰਾਜਕੁਮਾਰ ਵੀਰਕਾ ਜੋ ਕਿ ਅੰਮ੍ਰਿਤਸਰ ਵੈਸ ਤੋਂ ਕਾਂਗਰਸ ਦੇ ਵਿਧਾਇਕ ਨੇ ਇਸ ਤੋਂ ਇਲਾਵਾ ਉਹ ਵਾਈਸ ਚੇਅਰਮੈਨ ਨੇ ਜੋ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਸਭ ਤੋਂ ਪਹਿਲਾਂ ਪ੍ਰਾਈਮ ਏਸ਼ੀਆ ਟੀਵੀ ਦੇ ਵਿੱਚ ਪਹਿਲੇ ਪਹਿਲੇ ਤੇ ਮੈਂ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਹਿੰਦ ਕਹਨਾ ਔਰ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਰਾਜੀ ਖੁਸ਼ੀ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਹੋਵੋ ਬਿਲਕੁਲ ਤੇ ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਇਹ ਜਿਹੜੀਆਂ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਆ ਰਹੀਆਂ ਇਸ ਵਾਸਤੇ ਤਿਆਰੀਆਂ ਜਿਹੜੀਆਂ ਬਹੁਤ ਸਮਾਂ ਪਹਿਲਾਂ ਹੀ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਸੀ ਇੱਕ ਪਾਸੇ ਜਿੱਥੇ ਅਕਾਲੀ ਦਲ ਹੈ ਉੱਥੇ ਸੁਖਬੀਰ ਬਾਦਲ ਜਿਹੜੇ ਆ ਪ੍ਰਧਾਨ ਜਿਹੜੇ ਅਕਾਲੀ ਦਲ ਦੇ ਉਹ 5 ਸਾਲ ਰਾਜ ਕਰਨ ਦਾ ਸੁਪਨਾ ਦੇਖ ਰਹੇ ਆ ਦੂਜੇ ਪਾਸੇ ਕਾਂਗਰਸ ਜੋ ਕਿ ਪਿਛਲੀਆਂ ਚੋਣਾਂ ਵਿੱਚ ਜਿਸ ਦੀ ਸਥਿਤੀ ਠੀਕ ਠਾਕ ਰਹੀ ਉਹਨਾਂ ਨੇ ਵੀ ਬਹੁਤ ਸਾਰੀਆਂ ਨੀਤੀਆਂ ਬਣਾਈਆਂ ਨੇ ਆਮ ਆਦਮੀ ਪਾਰਟੀ ਦੀ ਹਾਜ਼ਰੀ ਵੀ ਚੰਗੀ ਭਲੀ ਜਿਹੜੀ ਹੈ ਉਹ ਲੱਗ ਰਹੀ ਹੈ ਇਹਨਾਂ ਜਦੋਂ ਟਿਕਾਣੇ ਮੁਕਾਬਲੇ ਦੇ ਵਿੱਚ ਕਾਂਗਰਸ ਕਿਸ ਤਰ੍ਹਾਂ ਉੱਭਰ ਕੇ ਸਾਹਮਣੇ ਆਵੇਗੀ ਦੇਖੋ ਇਹ ਖਾਇਰ ਪੰਜਾਬ ਦੀ ਦੀਵਾਰ ਦੇ ਉੱਪਰ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਹੈ ਔਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਲੋਗਾ ਨੇ 2002 2007 ਦੇ ਅੱਜ ਸਮੇਂ ਨੂੰ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਉਹਨਾਂ ਨੂੰ ਯਾਦ ਕਰ ਰਿਹਾ ਹੈ ਲੋਕ ਮਹਿਸੂਸ ਕਰ ਰਹੇ ਹੈ ਕਿ ਉਸ ਵਕਤ ਜਿੰਨੀ ਖੁਸ਼ਹਾਲੀ ਸੀ ਦੁਕਾਨਦਾਰਾਂ ਦਾ ਬਿਜ਼ਨਸ ਚੱਲਦਾ ਸੀ ਕਾਰਖਾਨੇ ਬੜੀ ਤੇਜ਼ੀ ਨਾਲ ਚੱਲ ਰਹੇ ਸੀ ਕਿਸਾਨ ਬੜਾ ਖੁਸ਼ਹਾਲ ਸੀ ਵਪਾਰੀ ਬਹੁਤ ਖੁਸ਼ਹਾਲ ਸੀ ਲੋਕਾਂ ਦੇ ਚਿਹਰੇ ਦੇ ਉੱਪਰ ਰੌਣਕ ਸੀ ਡਵੈਲਪਮੈਂਟ ਨਾਂ ਦੀਆਂ ਕੁਝ ਗੱਲਾਂ ਸੀਗੀਆਂ ਲੇਕਿਨ ਅੱਜ ਪੰਜਾਬ ਦੀ ਜਿਹੜੀ ਤਰਾਸਦੀ ਹੈ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਕਾਰਖਾਨੇ ਬੰਦ ਪਏ ਹਨ ਨੌਜਵਾਨ ਅੱਜ ਨਸ਼ਿਆਂ ਚ ਡੁੱਬੇ ਪਏ ਹਨ ਛੇਵਾ ਦਰਿਆ ਨਸ਼ਿਆਂ ਦਾ ਪੰਜਾਬ ਦੇ ਵਿੱਚ ਵਹਿ ਰਿਹਾ ਹੈ ਔਰ ਉਦਾਸੀ ਦਾ ਆਲਮ ਹੈ ਪੰਜਾਬ ਪੰਜਾਬ ਦੀ ਇੱਕ ਹੌਪ ਪੰਜਾਬ ਦੀ ਇੱਕ ਆਸ ਕੈਪਟਨ ਅਮਰਿੰਦਰ ਸਿੰਘ ਨੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਣ ਦੀ ਬਿਲਕੁਲ ਇਸ ਵਲੇਵਾਰੀ ਹੈ ਇਸ ਲਈ ਸਾਡੀ ਪੂਰੀ ਤਿਆਰੀ ਹੈ ਤੁਹਾਡੀ ਤੇ ਪੂਰੀ ਤਿਆਰੀ ਤੇ ਜਦੋਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਬਾਰ ਬਾਰ ਜ਼ਿਕਰ ਕਰ ਰਹੇ ਹੋ ਤੁਸੀਂ ਪ੍ਰਸ਼ਾਂਤ ਕਸ਼ੋਰ ਨੂੰ ਵੀ ਪਾਰਟੀ ਵੱਲੋਂ ਕਾਫੀ ਮੋਟੀ ਰਕਮ ਜਿਹੜੀ ਦਿੱਤੀ ਹੈ ਜੇ ਯੋਜਨਾਵਾਂ ਬਣਾਉਣ ਵਾਸਤੇ ਪ੍ਰਸ਼ਾਂਤ ਕਸ਼ੋਰ ਦੀਆਂ ਜਿਹੜੀਆਂ ਸਕੀਮਾਂ ਨੇ ਸਹੀ ਮਾਇਨੇ ਚ ਜੋ ਤੁਸੀਂ ਜਿਸ ਤਰ੍ਹਾਂ ਲਾਗੂ ਕਰ ਰਹੇ ਹੋ ਲੋਕਾਂ ਤੇ ਅਸਰ ਹੋ ਰਿਹਾ ਉਹਦਾ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਕਾਂਗਰਸ ਪਾਰਟੀ ਨੇ ਆਪਣੀਆਂ ਨੀਤੀਆਂ ਆਪਣੇ ਪਾਲਿਸਿਸ ਹੈਗੀਆਂ ਪ੍ਰਸ਼ਾਂਤ ਕੁਸ਼ੋਰ ਜੀ ਸਿਰਫ ਪ੍ਰਚਾਰ ਨੀਤੀਕਾਰ ਨੇ ਸਾਡੇ ਪਾਲਿਸਿਸ ਨੀਤੀਕਾਰ ਨਹੀਂ ਸਾਡੇ ਡੇ ਬਾਈ ਡੇ ਵਰਕ ਇੰਟਰਵੈਨਿੰਗ ਉਹਨਾਂ ਦੀ ਕੋਈ ਨਹੀਂ ਹੈ ਉਹ ਤਾਂ ਸਿਰਫ ਕਿ ਕਿੰਨੀਆਂ ਰੈਲੀਆਂ ਹੋਣੀਆਂ ਚਾਹੀਦੀਆਂ ਕਿੱਥੇ ਕਿੱਥੇ ਹੋਣੇ ਚਾਹੀਦੀਆਂ ਉਹਨਾਂ ਦੀ ਆਪਣੀ ਸਰਚ ਹੈ ਉਹਨਾਂ ਦਾ ਆਪਣਾ ਤਜਰਬਾ ਹੈ ਕਾਂਗਰਸ ਪਾਰਟੀ ਉਹਨੇ ਦੇ ਤਜਰਬੇ ਤੋਂ ਫਾਇਦਾ ਲੈ ਰਹੀ ਹੈ ਕਾਂਗਰਸ ਪਾਰਟੀ ਉਹਨੇ ਤਜਰਬੇ ਤੋਂ ਕੰਮ ਲੈ ਰਹੀ ਹੈ ਲੇਕਿਨ ਕਾਂਗਰਸ ਪਾਰਟੀ ਦੇ ਅਕਨਕ ਕਾਂਗਰਸ ਪਾਰਟੀ ਦੇ ਲੀਡਰ ਹੈ ਕਾਂਗਰਸ ਪਾਰਟੀ ਦੇ ਵਰਕਰ ਹੈ ਕਾਂਗਰਸ ਪਾਰਟੀ ਦੇ ਆਮ ਲੋਕ ਹੈਗੇ ਹਨ। ਜੀ। ਔਰ ਉਹ ਉਹਨਾਂ ਦਾ ਆਪਣਾ ਇੱਕ ਮਤਵ ਹੈ। ਕਾਂਗਰਸ ਪਾਰਟੀ ਦਾ ਆਪਣਾ ਕਰੋਲਾ ਹੈ। ਆਮ ਆਦਮੀ ਪਾਰਟੀ ਜਿਹੜੀ ਇੱਕ ਆਪਣੀ ਹਾਜ਼ਰੀ ਜਿਹੜੀ ਹੈ ਪੰਜਾਬ ਦੀ ਵਿਧਾਨ ਸਭਾ ਚੋਣਾਂ 'ਚ ਲਗਾ ਰਹੀ ਹੈ ਤੇ ਕੁਝ ਜਿਹੜੇ ਚੋਣ ਸਰਵੇਖਣ ਆਏ ਜਿਨ੍ਹਾਂ ਨੂੰ ਕਾਂਗਰਸ ਸਾਰੀ ਕਹਿੰਦੀ ਹੈ ਕਿ ਵਧੀਆ ਸਰਵੇਖਣ ਆਏ ਇਹ ਰਿਜ਼ਲਟ ਇਸੇ ਤਰ੍ਹਾਂ ਦੇ ਆਉਣ ਵਾਲੇ ਆ। ਉਹਦੇ ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਇਸ ਸਰਵੇ ਜੋ ਇੱਕ ਦੋ ਸਰਵੇਖਣ ਜਿਹੜੇ ਆਏ ਆ ਆਮ ਆਦਮੀ ਪਾਰਟੀ ਦੀ ਸਥਿਤੀ ਜਿਹੜੀ ਹੈ ਉਹ ਕਾਂਗਰਸ ਲਈ ਖਤਰਾ ਪੈਦਾ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਨਹੀਂ ਨਹੀਂ ਕਾਂਗਰਸ ਪਾਰਟੀ ਲਈ ਕੋਈ ਵੀ ਖਤਰਾ ਨਾ ਪੈਦਾ ਹੈਗਾ ਨਾ ਹੋ ਸਕਦਾ ਉਹਦਾ ਕਾਰਨ ਇਹ ਹੈ ਕਿ ਜਿਹੜਾ ਸਰਵੇ ਹੈਗਾ ਇਹ 1 ਮਹੀਨਾ ਪਹਿਲੇ ਦਾ ਕੀਤਾ ਹੋਇਆ ਸਰਵੇ ਹੈਗਾ ਔਰ 1 ਮਹੀਨੇ ਤੋਂ ਬਾਅਦ ਜਿਹੜੀ ਸਿਚੁਏਸ਼ਨ ਹੈ ਉਹਦੇ ਅੰਦਰ ਬਹੁਤ 100% ਤਬਦੀਲੀ ਆ ਚੁੱਕੀ ਹੈ ਮੈਂ बार-बार ਇਹ ਗੱਲ ਕਹਿ ਰਹੇ ਆ ਕਿ ਸਾਡਾ ਮੁਕਾਬਲਾ ਅਕਾਲੀ ਔਰ ਬੀਜੇਪੀ ਦੇ ਨਾਲ ਹੈ ਔਰ ਆਮ ਆਦਮੀ ਪਾਰਟੀ ਥਰਡ ਫੋਰਸਸ ਹੈ ਤੀਸਰੇ ਨੰਬਰ ਤੇ ਜਾਣ ਆਲੀ ਹੈ 15 ਤੋਂ 20 ਸੀਟਾਂ ਮੈਂ ਮਹਿਸੂਸ ਕਰਦਾ ਹਾਂ ਕਿ ਆ ਕਾਲੇਜਰ ਲੈ ਕੇ ਜਾ ਸਕਦਾ ਹੈ 7 ਤੋਂ 8 ਸੀਟਾਂ ਜਾਂ 10 ਸੀਟਾਂ ਆਮ ਆਦਮੀ ਪਾਰਟੀ ਲੇਗੀ ਕਾਂਗਰਸ ਪਾਰਟੀ 80 ਤੋਂ 90 ਸੀਟਾਂ ਲੈਣ ਦੇ ਕਗਾਰ ਦੇ ਉੱਪਰ ਹੈ ਔਰ ਕਾਂਗਰਸ ਪਾਰਟੀ ਬਿਲਕੁਲ ਤਿਆਰ ਬਰ ਤਿਆਰ ਹੈ ਲੋਕਾਂ ਨੇ ਮਨ ਬਣਾਇਆ ਹੋਇਆ ਲੋਕ ਆਵਾਜ਼ਾਂ ਮਾਰ ਰਹੇ ਨੇ ਲੋਕਾਂ ਨੇ ਕਾਂਗਰਸ ਦੀ ਲੜਾਈ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਕੋਈ ਐਸਾ ਸਮਾਂ ਸੀ 아이 ਤੋਂ 6 ਮਹੀਨੇ ਪਹਿਲੇ ਮੈਂ ਤੁਹਾਨੂੰ ਗੱਲ ਕਹਾ ਕਾਂਗਰਸ ਪਾਰਟੀ ਲੋਕਾਂ ਤੱਕ ਅਪਰੋਚ ਕਰ ਰਹੀ ਸੀ ਅੱਜ ਲੋਕ ਕਾਂਗਰਸ ਨੂੰ ਅਪਰੋਚ ਕਰ ਰਹੇ ਹੈ ਔਰ ਆਵਾਜ਼ਾਂ ਮਾਰ ਰਹੇ ਹੈ ਕਿ ਅਸੀਂ ਅਸੀਂ ਕਿਸੇ ਵੀ ਸੂਰਤ ਦੇ ਅੰਦਰ ਕਾਂਗਰਸ ਨੂੰ ਚਾਹੁੰਦੇ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੈ ਬਹੁਤ ਉਤਾਪਲੇ ਲੋਕ ਪਰ ਜਦੋਂ ਆਮ ਆਦ ਦਰ ਸਿੰਘ ਖਿਲਾਫ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਸੀਗੇ ਅਮਰਸਰ ਇੰਪਰੂਵਮੈਂਟ ٹرسٹ ਦੀ ਜ਼ਮੀਨ ਨੂੰ ਲੈ ਕੇ ਉਹ ਕੇਸ ਜਿਹੜੇ ਰਫਾ ਦਫਾ ਹੋਣ ਦੀ ਕਗਾਰ ਤੱਕ ਨੇ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਫ੍ਰੈਂਡਲੀ ਮੈਚ ਹੈ ਅਕਾਲੀ ਦਲ ਭਾਜਪਾ ਗੱਠ ਜੋੜ ਤੇ ਕਾਂਗਰਸ ਵਿਚਾਲੇ ਉਹ ਫ੍ਰੈਂਡਲੀ ਮੈਚ ਕਿਥੇ ਤੱਕ ਪਹੁੰਚਿਆ ਦੇਖੋ ਪਹਿਲੀ ਗੱਲ ਤੇ ਹੈਗੀ ਕਾਨੂੰਨ ਆਪਣਾ ਰਸਤਾ ਅਖਤਿਆਰ ਕਰਦਾ ਹੈ ਕਾਨੂੰਨ ਆਪਣਾ ਕੰਮ ਕਰਦਾ ਹੈ ਇਹ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੈਗਾ ਇਹ ਇਹ ਜਿਹੜਾ ਜਿਹੜੀ ਉਹ ਗੱਲ ਕਰਦੇ ਹੈ ਕਿ ਉਹਦੇ ਵਿੱਚ ਅਮਰਸਰ ਇੰਪਰੂਵਮੈਂਟ ਡਰੈਸ ਦਾ ਕੋਈ ਕੇਸ ਹੈਗਾ ਬਈ ਹਾਈ ਕੋਰਟ ਦੇ ਅੰਦਰ ਕੇਸ ਹੈਗਾ ਲੋਅਰ ਕੋਰਟ ਦੇ ਅੰਦਰ ਕੇਸ ਹੈਗਾ 비ジネス ਦੇ ਕੋਲ ਕੇਸ ਹੈਗਾ ਇਹ ਸਾਰੀਆਂ ਏਜੰਸੀਜ਼ ਆਪਣਾ ਆਪਣਾ ਕੰਮ ਕਰ ਰਹੀਆਂ ਜੇ ਕੋਈ ਦੋਸ਼ੀ ਹੈ ਤੇ ਉਹ ਦੋਸ਼ੀ ਮੰਨਿਆ ਜਾਏਗਾ ਜੇ ਕੋਈ ਦੋਸ਼ੀ ਨਹੀਂ ਤੇ ਉਹ ਦੋਸ਼ੀ ਨਹੀਂ ਮੰਨਿਆ ਜਾਏਗਾ ਕੀ ਆਮ ਆਦਮੀ ਪਾਰਟੀ ਇਹ ਚਾਹੁੰਦੀ ਹੈ ਕਿ ਜ਼ਬਰਦਸਤੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਜਰਮ ਬਣਾ ਦਿੱਤਾ ਜਾਏ ਕੀ ਉਹਨਾਂ ਦੇ ਕੋਲ ਇਸ ਗੱਲ ਦਾ ਕੀ ਸਬੂਤ ਹੈ ਜਾਂ ਉਹਨਾਂ ਦੇ ਕੋਲ ਇਸ ਗੱਲ ਦਾ ਕੀ ਪ੍ਰੂਫ ਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਇਹ ਜਹਾ ਬਲੇਮ ਲਗਾਣਾ ਉਸ ਤੋਂ ਪਹਿਲੇ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਉਹਨਾਂ ਦੇ ਜਿਹੜੇ ਮਨਿਸਟਰ ਹੈ ਸੱਤਾ ਦੇ ਵਿੱਚੋਂ ਜਿਹੜੇ ਮਨਿਸਟਰ ਰਹਿ ਹੈ ਉਹਨਾਂ ਦੇ 6 ਦੇ ਕਰੀਬ ਤੇ ਅੰਦਰ ਜਾਣ ਦੀ ਕਗਾਰ ਦੇ ਔਰ 14 ਐਮਐਲਏ ਆਲਰੇਡੀ ਜੇਲਾ ਦੇ ਵਿੱਚ ਬੰਦ ਪਏ ਉਹਨਾਂ ਦੇ ਉੱਪਰ ਡਿਫਰੈਂਟ ਕਿਸਮ ਦੇ ਚਾਰਜ ਲੱਗੇ ਪਏ ਐ ਇਸ ਲਈ ਪਹਿਲੇ ਮੈਂ ਉਹਨਾਂ ਨੂੰ ਕਹਾਂਗਾ ਕਿ ਔਰੋਂ 'ਤੇ ਅਗਰ ਤਬਸਰਾ ਕੀਜੀਏ ਤਾਂ ਸਾਹਮਣੇ ਆਇਨਾ ਰੱਖ ਲਿਆ ਕੀਜੀਏ ਜੀ ਤੁਸੀਂ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਦਾ ਆਧਾਰ ਜਿਹੜਾ ਉਹਨਾਂ ਨਹੀਂ ਹੈ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਵਾਕਫਕ ਤਗਾ ਤੇ ਇਹ ਗੱਲ ਕਰਦੇ ਆ ਕਿ ਅਰਵਿੰਦ ਕੇਜਰੀਵਾਲ ਇੱਥੇ ਪੰਜਾਬ ਵਿੱਚ ਆ ਕੇ ਮੁੱਖ ਮੰਤਰੀ ਬੰਨਣਾ ਚਾਹੁੰਦੇ ਆ ਜੇ ਉਹ ਇਹ ਕਿਉਂ ਕਹਿ ਰਿਹਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਚੰਗੀਆਂ ਵੋਟਾਂ ਲੈ ਜਾਣਗੇ ਕਿ ਹਾਂ ਮੁੱਖ ਮੰਤਰੀ ਬਣਾ ਸਕਦੀ ਆ ਆਮ ਆਦਮੀ ਪਾਰਟੀ ਤਾਂ ਹੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਅਜਿਹੀ ਬਿਆਨਬਾਜ਼ੀ ਹੁੰਦੀ ਹੈ ਨਹੀਂ 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 ਇਦਾਂ ਦੀ ਗੱਲ ਨਹੀਂ ਹੈ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਪੰਜਾਬੀਅਤ ਪੰਜਾਬ ਪੰਜਾਬੀਆਂ ਦਾ ਹੈ ਔਰ ਇੱਥੇ ਬਾਹਰ ਦਾ ਆਦਮੀ ਆ ਕੇ ਪੰਜਾਬੀਆਂ ਦੇ ਉ ਦੇ ਤਾਜ ਨੂੰ ਆਪਣੇ ਸਿਰ ਦੇ ਉੱਪਰ ਰੱਖੇ ਤੇ ਇਹ ਤਾਂ ਪੰਜਾਬੀਆਂ ਨੂੰ ਅਸੀਂ ਆਵਾਜ਼ ਦਿੱਤੀ ਹੈ ਪਗੜੀ ਸੰਭਾਲ ਜੱਟਾਂ ਦੀ ਔਰ ਅਸੀਂ ਇਹ ਗੱਲ ਕਹੀ ਹੈ ਕਿ ਪੰਜਾਬੀ ਆਪਣੀ ਇੱਜ਼ਤ ਆਪਣੀ ਪੱਤ ਆਪਣੀ ਰੁਪਾਲੀ ਜਾਣਦੇ ਆ ਜਿਹੜੇ ਪੰਜਾਬ ਦੇ ਲੋਕ ਉਹਨਾਂ ਨਾਲ ਸ਼ਾਮਲ ਸੀਗੇ ਉਹ ਸਾਰੇ ਛੜ ਛੜ ਕੇ ਕਿਉਂ ਭੱਜ ਗਏ ਕੇਜਰੀਵਾਲ ਨੂੰ ਉਹ ਇਸ ਲਈ ਭੱਜ ਗਏ ਕਿ ਕੇਜਰੀਵਾਲ ਪੰਜਾਬੀਆਂ ਨੂੰ ਲੁੱਟਣਾ ਚਾਹੁੰਦਾ ਸੀ ਉਹਨਾਂ ਦੇ ਲੀਡਰਾਂ ਦੇ ਉੱਪਰ ਬਹੁਤ ਗੰਭੀਰ ਸੰਜੇ ਸਿੰਘ ਦੇ ਉੱਪਰ ਲਗੇ ਪਾਠਕ ਦੇ ਉੱਪਰ ਬਹੁਤ ਗੰਭੀਰ ਲਗੇ ਕਿ ਉਹਨਾਂ ਨੇ ਕਰੋੜਾਂ ਰੁਪਏ ਇੱਥੋਂ ਇਕੱਠਾ ਕੀਤਾ ਇਹ ਵੀ ਗੰਭੀਰ આરોਪ ਲਗੇ ਕਿ ਬਹੁਤ ਸਾਰੀਆਂ ਭੈਣਾਂ ਦੀ ਇਹ ਬੇਟੀਆਂ ਦੀ ਇੱਜ਼ਤ ਪੱਤ ਨੂੰ ਵੀ ਹੱਥ ਪਾਇਆ ਗਿਆ ਔਰ ਉਹ ਵੀ ਡਰਦੀਆਂ ਅੱਜ ਸਾਹਮਣੇ ਨਹੀਂ ਆ ਰਹੀਆਂ ਸੀ ਹੁਣ ਉਹ ਵੀ ਸਾਹਮਣੇ ਆਣ ਲੱਗ ਪਏ ਕੇਸ ਜਿਹੜੇ ਵੀ ਇਹਨਾਂ ਦੇ ਹੈਗੇ ਲੇਕਿਨ ਮੈਂ ਇਹ ਗੱਲ ਕਹਾਂ ਕਿ ਕੋਈ ਉਹਨਾਂ ਦਾ ਆਧਾਰ ਵਾਲੀ ਗੱਲ ਹੈਗੀ ਨਹੀਂ ਹੈ ਪੰਜਾਬ ਆਪਣਾ ਤਾਜ ਪੰਜਾਬੀਆਂ ਦੇ ਸਿਰ ਤੇ ਰੱਖੇਗਾ ਜੀ ਡਾਕਟਰ ਸਾਹਿਬ ਤੁਹਾਡੇ ਨਾਲ ਗੱਲਬਾਤ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਹੁਣ ਵਕਤ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ काटो 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 काटो, काटो। सशिगल जी मैं हां ਤੁਹਾਡਾ ਆਪਣਾ ਬਿੰਨੂ ਢਿਲੋਂ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੈਲੀਵਿਜ਼ਨ ਸੋ ਦੇਖਦੇ ਰਹੋ ਇਧਰ ਉਧਰ ਨਾ ਜਾਇਓ ਠੀਕ ਹੈ ਕੀ ਬੌਚਿੰਗ ਕਾਟੋ ਕਾਟੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਪ੍ਰਾਈਮ ਇਲੈਕਸ਼ਨ ਵਿੱਚ ਆਪ ਸਭ ਦਾ ਸਵਾਗਤ ਗੱਲਬਾਤ ਜਾਰੀ ਹੈ ਡਾਕਟਰ ਰਾਜਕੁਮਾਰ ਵੀਰਕਾ ਜੀ ਨਾਲ ਵਿਰਕਾ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਹੁਣਾਦੀ ਤੇ ਬਾਕੀਆਂ ਦੀ ਅ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਇਸ ਵਕਤ ਮੁੱਦੇ ਬਹੁਤ ਜ਼ਿਆਦਾ ਨੇ ਉਹਨਾਂ ਵਿੱਚ ਡਰੱਗਸ ਦਾ ਮੁੱਦਾ ਵੀ ਜਿਹੜਾ ਕਾਫੀ ਖਾਸ ਕਰਕੇ ਤੁਸੀਂ ਵੀ ਇਸ ਸਰਹੱਦੀ ਜ਼ਿਲ੍ਹੇ ਦੇ ਵਿੱਚ ਬੈਠੇ ਹੋਏ ਹੋ ਅ ਇਸ ਡਰੱਗਸ ਸਭ ਤੋਂ ਵੱਡੀ ਜਿਹੜੀ ਸਮੱਸਿਆ ਕਿਉਂਕਿ ਆਮ ਆਦਮੀ ਪਾਰਟੀ ਵੀ ਇਹਨੂੰ ਆਧਾਰ ਬਣਾ ਰਹੀ ਹੈ ਤੇ ਕਾਂਗਰਸ ਵੀ ਇਹਨੂੰ ਆਧਾਰ ਬਣਾ ਰਹੀ ਹੈ ਕੀ ਵਾਕਈ ਅਕਾਲੀ ਦਲ ਹੀ ਜ਼ਿੰਮੇਵਾਰ ਹੈ ਡਰੱਗਸ ਵਾਸਤੇ ਕਿਉਂਕਿ ਜੇ ਅਸੀਂ ਹੈਰੋਇਨ ਦੀ ਗੱਲ ਕਰੀਏ ਹੈਰੋਇਨ ਜਦੋਂ ਕਾਂਗਰਸ ਸੱਤਾ ਵਿੱਚ ਸੀ ਕ ਹੈਰੋਇ ਰਾਮ ਨਾ ਮਿਲਦੀ ਸੀ ਪਏ ਦੇ ਬਾਰੇ ਤੁਹਾਡਾ ਕਹਿਣਾ ਨਹੀਂ ਪਹਿਲੀ ਗੱਲ ਤੇ ਹੈ ਕਿ ਇਹ ਝੂਠਾ ਕਿ ਇਸ ਇਸ ਤਰੀਕੇ ਦੇ ਨਾਲ ਜਾਂ ਇਸ ਇਸ ਲੇਬਲ ਦੇ ਉੱਪਰ ਇਹਨੇ ਹੋਲਸੇਲ ਲੇਬਲ ਦੇ ਉੱਪਰ ਡਰਗ ਮਿਲਦੀ ਸੀ ਮੈਨੇ ਇਸ ਗੱਲ ਨੂੰ ਮੰਨ ਲਈ ਤਿਆਰ ਦੂਸਰੀ ਗੱਲ ਇਹ ਹੈਗੀ ਕਿ ਅੱਜ ਡਰਗ ਦਾ ਆਲਮ ਇਹ ਹੈਗਾ ਕਿ ਇਹਦੇ ਵਾਸਤੇ ਜਿਹੜੇ ਲੋਕ ਜ਼ਿੰਮੇਦਾਰ ਹੈ ਬਾਦਲ ਸਾਹਿਬ ਇਹ ਗੱਲ ਕਹਿੰਦੇ ਹੈ ਕਿ ਇਹ ਤੇ ਪੰਜਾਬ ਤੇ ਇੱਕ ਟਰਾਂਜਿਟ ਹੈ ਲੇਕਿਨ ਇੱਥੇ ਤੇ ਨਾ ਤੇ ਖਪਤ ਹੁੰਦੀ ਹੈ ਤੇ ਇਹ ਤੇ ਇੱਥੋਂ ਲੰਘਦਾ ਹੈ ਤੇ ਅੱਗੇ ਚਲੇ ਜਾਂਦਾ ਹੈ ਲੇਕਿਨ ਅਸੀਂ ਤੇ ਸਿਰਫ ਰਖਵਾਲੀ ਕਰਦੇ ਹਾਂ ਲੇਕਿਨ ਮੈਂ ਇਹ ਗੱਲ ਕਹਿਣਾ ਚਾਹਨਾ ਹੈ ਕਿ ਮੈਨੂੰ ਪਤਾ ਹੈ ਕਿ ਇਹ ਡਰੱਗ ਬਾਹਰੋਂ ਆਉਂਦੀ ਹੈ ਲੇਕਿਨ ਕੰਜ਼ੂਮਿੰਗ ਮੰਡੀ ਜਿਹੜੀ ਆ ਪੰਜਾਬ ਸਭ ਤੋਂ ਵੱਡੀ ਦੇਸ਼ ਦੀ ਕੰਜ਼ੂਮਿੰਗ ਮੰਡੀ ਬਣ ਗਿਆ ਘਰ ਘਰ ਦੇ ਵਿੱਚ ਡਰੱਗ ਆ ਔਰ ਇਥੇ ਘਰ ਘਰ ਦੇ ਅੰਦਰ ਪਿੰਡਾਂ ਪਿੰਡਾਂ ਦੇ ਅੰਦਰ ਤੁਸੀਂ ਝਾਤੀ ਮਾਰ ਕੇ ਦੇਖ ਲਓ ਜਿਹੜੇ ਬੱਚੇ ਆ ਸਾਡੇ ਘਰਾਂ ਦੇ ਮਾਂ ਦੀਆਂ ਵਾਲੀਆਂ ਲਾ ਕੇ ਵੇਚ ਰਹੇ ਆ ਘਰਾਂ ਦਾ ਸਮਾਨ ਰੇਡੀਓ ਟੀਵੀ ਚੱਕ ਚੱਕੇ ਵੇਚ ਰਹੇ ਆ ਘਰੋਂ ਸਮਾਨ ਚੋਰੀ ਕਰ ਕਰਕੇ ਵੇਚ ਰਹੇ ਆ ਕਿ ਬਾਦਲ ਸਾਹਿਬ ਜਾਂ ਉਹਨਾਂ ਦੇ ਪਰਿਵਾਰ ਨੂੰ ਇਹ ਗੱਲ ਨਜ਼ਰ ਨਹੀਂ ਆ ਰਹੀ ਕਿ ਪੰਜਾਬ ਅਲਰਮਿੰਗ ਪੋਜੀਸ਼ਨ ਤੇ ਆ ਮੀਡੀਆ ਚਿਲਾ ਚਿਲਾ ਕੇ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਜਿਹੜਾ ਆ ਉਹ ਡਰੱਗ ਦੀ ਭੇਟ ਚੜਦਾ ਜਾ ਰਿਹਾ ਨੌਜਵਾਨ ਜਿਹੜਾ ਹੈਗਾ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਵਾਨੀ ਬਾਦ ਹੁੰਦੀ ਇੱਕ ਗਾਰ ਦੇ ਉੱਪਰ ਹੈ ਔਰ ਮੈਂ ਬਾਰ-ਬਾਰ ਤੁਹਾਨੂੰ ਇੱਕ ਗੱਲ ਕਹਾਂ ਕਿ ਜਿਹੜਾ ਡਰੱਗ ਦਾ ਮੁੱਦਾ ਹੈ ਇਹ ਡਰੱਗ ਦਾ ਮੁੱਦਾ ਉਸ ਵਕਤ ਸਾਹਮਣੇ ਹਾਈਲਾਈਟ ਹੋਇਆ ਸੀ ਜਦੋਂ 올 ਇੰਡੀਆ ਮੈਡੀਕਲ ਇੰਸਟੀਚਿਊਟ ਨੇ ਇੱਥੇ ਸਰਵੇਖਣ ਕੀਤਾ ਪੰਜਾਬ ਦੇ ਸਰਵੇਖਣ ਕਰਨ ਤੋਂ ਬਾਅਦ ਉਹਨਾਂ ਨੇ ਪਾਰਲੀਮੈਂਟ ਦੇ ਇੱਕ ਰਿਪੋਰਟ ਪੇਚ ਕੀਤੀ ਜਿਸ ਦੀ ਰਿਪੋਰਟ ਜਿਹੜੇ ਹਿੰਦੁਸਤਾਨ ਦੇ ਹੋਮ ਸਟੇਟ ਹੋਮ ਮਿਨਿਸਟਰ ਜੀਜੂ ਜੀ ਉਹਨਾਂ ਨੇ ਜਦੋਂ ਰਿਪੋਰਟ ਪੜ੍ਹੀ ਤੇ ਉਹਨਾਂ ਨੇ ਕਿਹਾ ਲਾਰਮਿੰਗ ਪੋਜੀਸ਼ਨ ਦੇ ਉੱਪਰ ਪੰਜਾਬ ਹੈ ਤੇ ਨਰਿੰਦਰ ਮੋਦੀ ਜੀ ਨੇ ਬਿਆਨ ਦਿੱਤਾ ਉਸ ਦੇ ਮੰਦੀ ਆਵਾਜ਼ ਦੇ ਅੰਦਰ ਇਹ ਪ੍ਰੋਗਰਾਮ ਦੇ ਅੰਦਰ ਉਹਨਾਂ ਨੇ ਕਿਹਾ ਕਿ ਹਾਂ ਪੰਜਾਬ ਦੇ ਅੰਦਰ ਡਰਗ ਸਭ ਤੋਂ ਵੱਡਾ ਇਸ਼ੂ ਹੈ ਪੰਜਾਬ ਚ ਡਰਗ ਮਾਫੀਆ ਦੇ ਖਿਲਾਫ ਮੈਂ ਜਾ ਕੇ ਮਹੀਮ ਚਲਾਵਾਂਗਾ ਔਰ ਉਹਨਾਂ ਦੇ ਹਨੂਮਾਨ ਅਮਿਤ ਸ਼ਾਹ ਉਹ ਰਾਣੇ ਕਿਹਾ ਕਿ ਅੰਬਰਸਰ ਦੇ ਵਿੱਚ ਮੈਂ ਰੈਲੀ ਕਰਾਂਗਾ ਆ ਕੇ ਜਿਸ ਵਕਤ ਉਹਨਾਂ ਨੇ ਕਿਹਾ ਰੈਲੀ ਕਰਾਂਗੇ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਕਿ ਅਸੀਂ ਬਿਲਕੁਲ ਪ੍ਰਧਾਨ ਮੰਤਰੀ ਜੀ ਦੀ ਗੱਲ ਨੂੰ ਮੰਨਨੇ ਆ ਅਸੀਂ ਇੱਥੇ ਡਰਗ ਦੇ ਖਿਲਾਫ ਅਸੀਂ ਰੈਲੀ ਕਰਾਂਗੇ ਉਹ ਜਿਸ ਵਕਤ ਡਰਗ ਦੇ ਖਿਲਾਫ ਰੈਲੀ ਕੀਤੀ ਤੇ ਅਮਿਤ ਸ਼ਾਹ ਵੀ ਭੱਜ ਗਏ ਨਰਿੰਦਰ ਮੋਦੀ ਜੀ ਵੀ ਭੱਜ ਗਏ ਥ੍ਰੈਟ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਕਿ ਅਗਰ ਭਾਜਪੀ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਇੱਥੇ ਡਰਗ ਦੇ ਖਿਲਾਫ ਰੈਲੀ ਕੀਤੀ ਤੇ ਅਸੀਂ ਕੇਂਦਰ ਦੀ ਸਰਕਾਰ ਦੇ ਖਿਲਾਫ ਰੈਲੀ ਕਰਾਂਗੇ ਅਕਾਲੀ ਦਲ ਨੇ ਬੀਐਸਐਫ ਦੇ ਖਿਲਾਫ ਅਟਾਰੀ ਬਾਦਰ ਦੇ ਉੱਪਰ ਰੈਲੀ ਕੀਤੀ ਉਹਦੇ ਦੇ ਖਿਲਾਫ ਰੈਲੀ ਕੀਤੀ ਅੱਜ ਉਹ ਜਿਹੜੀ ਰੈਲੀ ਕੀਤੀ ਹੈ ਉਹਦੇ ਬਾਅਦ ਇਹ ਭੱਜ ਗਏ ਇਸ ਗੱਲ ਦੇ ਉੱਪਰੋਂ ਲੇਕਿਨ ਉਹਦੇ ਬਾਅਦ ਇਹ ਜਿਹੜੀ ਰਿਪੋਰਟ ਸੀ ਤੁਹਾਨੂੰ ਇਹ ਪਤਾ ਕਿ ਪਾਰਲੀਮੈਂਟ ਨੇ ਉਹਦੀ ਰਿਪੋਰਟ ਜਿਹੜੀ ਹੈ ਸਰਕਾਰ ਨੇ ਰਿਜੈਕਟ ਹੀ ਕਰ ਦਿੱਤੀ ਉਹਨੂੰ ਝੂਠੀ ਮੰਨ ਲਿਆ ਗਿਆ ਲੇਕਿਨ ਮੈਂ ਇਹ ਗੱਲ ਕਹਿੰਦਾ ਕਿ ਡਰਗ ਬਹੁਤ ਵੱਡਾ ਇਸ਼ੂ ਹੈ ਪੰਜਾਬ ਦੇ ਲੋਕ ਅੱਜ ਡਰਗ ਤੋਂ ਦੁਖੀ ਨੇ ਡਾਕਟਰ ਸਾਹਿਬ ਇੱਕ ਜਿਹੜੀ ਗੱਲ ਤੁਸੀਂ ਡਰੱਗਸ ਦੀ ਗੱਲ ਕਰ ਰਹੇ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਮੈਂ ਤੁਹਾਡੇ ਅੰਮ੍ਰਿਤਸਰ ਐਸੇ ਇਲਾਕੇ ਦੀ ਗੱਲ ਕਰਾਂ ਇੱਥੇ ਇੱਕ ਕਲੌਨੀ ਹੈ ਮਕਬੂਲਪੁਰਾ ਜਿਹਨੂੰ ਵਿਧਵਾਵਾਂ ਦੀ ਬਸਤੀ ਕਰਕੇ ਜਾਣਿਆ ਜਾਂਦਾ ਉਹ ਵਿਧਵਾਵਾਂ ਦੀ ਬਸਤੀ ਅਕਾਲੀ ਸਰਕਾਰ ਦੇ ਵੇਲੇ ਨਹੀਂ ਉਸ ਤੋਂ ਪਹਿਲਾਂ ਹੀ ਜਨਨਾ ਸ਼ੁਰੂ ਹੋ ਗਿਆ ਜਦੋਂ ਕਾਂਗਰਸ ਸਰਕਾਰ ਵੀ ਸੀ ਪੰਜਾਬ ਦੇ ਵਿੱਚ ਫਿਰ ਉਸ ਮੁੱਦੇ ਤੇ ਤੁਹਾਡਾ ਕੀ ਕਹਿਣਾ ਦੇਖੋ ਮਕਬੂਲਪੁਰਾ ਏਰੀਆ ਉੱਥੇ ਲੋਕ ਘਰਾਂ ਦੇ ਵਿੱਚ ਸ਼ਰਾਬ ਕੱਢ ਕੇ ਵੇਚਦੇ ਸਨ ਉਹ ਕਿਉਂਕਿ ਉਹਨਾਂ ਦਾ ਕੋਈ ਲੇਬਲ ਨਹੀਂ ਹੁੰਦਾ दारू ਦਾ ਉਸ ਦੇ ਸਿੱਟੇ ਵੱਜੋਂ ਉਹ ਉਹਨਾਂ ਦੇ ਘਰਾਂ ਦੇ ਜਿਹੜੇ ਮੇਲ ਹੈ ਉਹਨਾਂ ਦੇ ਕਾਫੀ ਲੋਕਾਂ ਦੀ ਡੈਥ ਹੋ ਗਈ ਲੇਕਿਨ ਉਥੋਂ ਦੀ ਆਬਾਦੀ ਤੇ 300 400 ਲੋਕਾਂ ਦੀ ਹੈ ਲੇਕਿਨ ਪੰਜਾਬ ਦੀ ਆਬਾਦੀ ਤੇ 3-4 ਕਰੋੜ ਦੀ ਹੈ ਲੇਕਿਨ ਇਹਨਾਂ ਨੇ ਪੂਰੇ ਪੰਜਾਬ ਨੂੰ ਹੀ ਮਕਬੂਲਪੁਰਾ ਬਣਾ ਛੱਡਿਆ ਔਰ ਪੂਰਾ ਪੰਜਾਬ ਵੀ ਬਰਬਾਦੀ ਦੇ ਕਗਾਰ ਦੇ ਉੱਪਰ ਖੜਾ ਆ ਔਰ ਇਹ ਕੀ ਚਾਹੁੰਦਾ ਕੀ ਸਾਬਤ ਕਰਨਾ ਚਾਹੁੰਦੇ ਆ ਕਿ ਪੂਰਾ ਪੰਜਾਬ ਮਕਬੂਲਪੁਰਾ ਬਣ ਜਾਏ ਫਿਰ ਪੂਰੇ ਪੰਜਾਬ ਦੀਆਂ ਜਿਹੜੀਆਂ ਭੈਣਾਂ ਆ ਵਿਧਵਾ ਹੋ ਜਾਣ ਔਰ ਉਹਨਾਂ ਦਾ ਤੇ ਇਹੀ ਮੇਰਾ ਖਿਆਲ ਸੁਪਨਾ ਹੈ ਬਦਲ ਸਰਕਾਰ ਦਾ ਆਪਾਂ ਸਿਰਫ ਡਰੱਗਸ ਦੀ ਗੱਲ ਕਰੀਏ ਨਸ਼ੇ ਹੋਰ ਵੀ ਬਹੁਤ ਤਰ੍ਹਾਂ ਦੇ ਆ ਸ਼ਰਾਬ ਦੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਦੋਂ ਉਹ ਸੱਤਾ ਵਿੱਚ ਸਨ ਕਾਂਗਰਸ ਸੱਤਾ ਵਿੱਚ ਸੀ ਤਾਂ ਉਦੋਂ ਸ਼ਰਾਬ ਦੇ ਵੱਡੇ ਵੱਡੇ ਜਿਹੜੇ ਲੋਕ ਨੇ ਘਰਾਣਿਆਂ ਨਾਲ ਜੁੜੇ ਹੋਏ ਸ਼ਰਾਬ ਦੇ ਕਾਰੋਬਾਰ ਦੇ ਨਾਲ ਉਹਨਾਂ ਨੂੰ ਪੰਜਾਬ ਵਿੱਚ ਲੈ ਕੇ ਆਏ ਸ਼ਰਾਬ ਦੀਆਂ ਫੈਕਟਰੀਆਂ ਪੰਜਾਬ ਵਿੱਚ ਲੱਗੀਆਂ ਸ਼ਰਾਬ ਦੇ ਠੇਕੇ ਜਿਹੜੇ ਆ ਬਹੁਤ ਜ਼ਿਆਦਾ ਵਧ ਗਏ ਕੈਪਟਨ ਅਮਰਿੰਦਰ ਸਿੰਘ ਦਾ ਯੋਗਦਾਨ ਨਹੀਂ ਮੰਨਦੇ ਇਹਦੇ ਵਿੱਚ ਤੁਸੀਂ ਕਿਤੇ ਨਹੀਂ 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 ਦੇਖੋ ਪਹਿਲੀ ਗੱਲ ਤੇ ਹੈਗੀ ਕਿ ਜਿਹੜੀ ਚੀਜ਼ ਲੀਗਲ ਹੈਗੀ ਹੈ ਜਿਹੜੀ ਇਹ दारू ਹੈ ਵਿਸਕੀ ਹੈ ਜਿਹੜੀ ਠੇਕਿਆਂ ਤੇ ਮਿਲਦੀ ਹੈ ਸਰਕਾਰੀ ਪਰਮਟ ਦੇ ਨਾਲ ਮਿਲਦੀ ਹੈ ਉਹ ਲੀਗਲ ਹੈਗੀਆਂ ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਉਹ ਤਾਂ ਮੈਡੀਕਲੀ ਉਹਨੂੰ ਕਿਸੇ ਹੱਦ ਤੱਕ ਚੈੱਕ ਕੀਤਾ ਜਾਂਦਾ ਹੈ ਔਰ ਉਹਦੀ ਮਾਤਰਾ ਨੂੰ ਚੈੱਕ ਕੀਤਾ ਜਾਂਦਾ ਹੈ ਜਿਹੜਾ ਸਿੰਥੈਟਿਕ ਡਰੱਗ ਹੈ ਔਰ ਸਮੈਕ ਹੈ ਉਹ ਉਹ ਉਹਦੀ ਤੇ ਕੋਈ ਮਾਤਰਾ ਨਹੀਂ ਉਦੇ ਨਾਲ ਤੇ ਪੀਕੇ ਸਿੱਧੇ ਤੌਰ ਤੇ ਇਨਸਾਨ ਉੱਪਰ ਦੀ ਚੜਾਈ ਕਰ ਜਾਂਦਾ ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਨਾ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਫੈਕਟਰੀ ਆਪਣੀ ਲਗਾਈ ਦਾਰੂ ਵੇਚਣ ਦੀ ਨਾ ਕਾਂਗਰਸ ਪਾਰਟੀ ਕੋਈ ਦਾਰੂ ਵੇਚਦੀ ਹੈ ਲੇਕਿਨ ਇਹ ਸਰਕਾਰ ਦੀ ਪਾਲਿਸਿਸ ਦੇ ਵਿੱਚ ਆ ਮਤਲਬ ਬਹੁਤ ਸਾਰੀਆਂ ਸਟੇਟਾਂ ਦੇ ਅੰਦਰ ਇਹ ਸ਼ਰਾਬ ਦੇ ਠੇਕੇ ਹੈਗੇ ਔਰ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਸ਼ਰਾਬ ਦੇ ਠੇਕੇ ਹੈਗੇ ਲੇਕਿਨ ਕਾਂਗਰਸ ਪਾਰਟੀ ਦਾ ਇਹ ਜਿਹੜਾ ਹੈਗਾ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਾਂਗਰਸ ਪਾਰਟੀ ਬਿਲਕੁਲ ਨਸ਼ਿਆਂ ਦੇ ਖਿਲਾਫ ਹੈ ਨਸ਼ਿਆਂ ਦੇ ਖਿਲਾਫ ਪੇਪਰ ਜਦੋਂ ਵੋਟਾਂ ਵਾਲਾ ਦਿਨ ਹੁੰਦਾ ਉਦੋਂ ਲੱਗਦਾ ਕਿ ਪਾਰਟੀਆਂ ਜਿਹੜੇ ਇੱਕ ਦੂਜੇ ਦਾ ਦੇ ਹਿਸਾਬ ਨਾਲ ਹੀ ਚੱਲ ਰਹੀਆਂ ਨੇ ਜੇ ਅਕਾਲੀ ਦਲ ਵੱਲੋਂ ਵੀ ਹੁੰਦਾ ਤੇ ਕਾਂਗਰਸ ਵੱਲੋਂ ਵੀ ਉਸੇ ਤਰ੍ਹਾਂ ਹੀ ਸ਼ਰਾਬਾਂ ਵਰਤਾਈਆਂ ਜਾਂਦੀਆਂ ਨੇ ਵੋਟਰਾਂ ਨੂੰ ਤੇ ਬਾਕੀ ਹਰ ਜਗ੍ਹਾ ਤੇ ਕਿਉਂਕਿ ਇਹ ਸਾਹਮਣੇ ਖਬਰਾਂ ਆਉਂਦੀਆਂ ਨੇ ਹਰੇਕ ਇਲੈਕਸ਼ਨ ਦੇ ਵਿੱਚ ਤੇ ਇਸ ਇਲੈਕਸ਼ਨ ਦੇ ਵਿੱਚ ਕੀ ਕਾਂਗਰਸ ਆਪਣਾ ਉਹ ਜਿਹੜਾ ਤਰੀਕਾ ਹੈ ਵੋਟਰਾਂ ਨੂੰ ਭਰਮਾਉਣ ਦਾ ਛੱਡ ਦੇਗੀ ਪਹਿਲੀ ਗੱਲ ਤੇ ਹੈ ਵੀ ਸ਼ਰਾਬ ਦੇ ਸਾਰੇ ਠੇਕੇ ਕਾਲੀ ਦਲ ਦੇ ਕੋਲ ਹੈ ਸ਼ਰਾਬ ਦੇ ਉੱਪਰ ਪੂਰਾ ਕੰਟਰੋਲ ਅਕਾਲੀ ਦਲ ਦਾ ਹੈ ਲੈਂਡ ਮਾਫੀਆ ਅਕਾਲੀ ਦਲ ਦੇ ਕੋਲ ਸੈਂਡ ਮਾਫੀਆ ਅਕਾਲੀ ਦਲ ਦੇ ਕੋਲ ਸ਼ਰਾਬ ਮਾਫੀਆ ਅਕਾਲੀ ਦਲ ਦੇ ਕੋਲ ਡਰੱਗ ਮਾਫੀਆ ਅਕਾਲੀ ਦਲ ਦੇ ਕੋਲ ਵੀ ਸਾਡੇ ਕੋਲ ਤੇ ਕੋਈ ਮਾਫੀਆ ਹੀ ਨਹੀਂ ਹੈਗਾ ਜਿੰਨਾ ਕੰਟਰੋਲ ਹੈ ਸਟਾਕਿਸ ਤੇ ਇਹ ਹੈਗੇ ਸਾਰੀਆਂ ਚੀਜ਼ਾਂ ਦੇ ਲੇਕਿਨ ਅਸੀਂ ਕਿੱਥੋਂ ਬਰਤਾ ਸਕਦੇ ਹਾਂ ਸਾਨੂੰ ਤੇ ਅਸੀਂ ਤੇ ਕੋਈ ਦਾਰੂ ਦੇ ਹੱਕ ਦੇ ਵਿੱਚ ਹੀ ਨਹੀਂ ਹੈਗੇ ਲੇਕਿਨ ਮੈਂ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਜਿਹੜਾ ਕੋਈ ਦਾਰੂ ਪਿਲਾ ਕੇ ਤੁਹਾਡੇ ਕੋਲ ਵੋਟ ਦੇ ਉਸ ਕੈਂਡੀਡੇਟ ਖਿਲਾਫ ਵੋਟ ਦਿਓ ਇਹ ਗੱਲ ਜਿਹੜੀ ਹੈ ਇਹ ਗੱਲ ਤੇ ਅਰਵਿੰਦ ਕੇਜਰੀਵਾਲ ਵੀ ਕਹਿੰਦੇ ਆ ਬਾਰ-ਬਾਰ ਆ ਕੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਕਿ ਜਿਹੜਾ ਹਾਂ ਜੇ ਕੋਈ ਤੁਹਾਨੂੰ ਪੈਸੇ ਦਿੰਦਾ ਤਾਂ ਕੋ ਲੈ ਲਓ ਪਰ ਵੋਟ ਜਿਹੜੀ ਆਪਣੇ ਉਸ ਚੰਗੇ ਉਮੀਦਵਾਰ ਨੂੰ ਪਾਇਓ ਤੁਸੀਂ ਫਿਰ ਅਰਵਿੰਦ ਕੇਜਰੀਵਾਲ ਦੀ ਬੋਲੀ ਤੇ ਨਹੀਂ ਬੋਲ ਰਹੇ ਕਿਤੇ ਨਹੀਂ ਨਹੀਂ ਪਹਿਲੀ ਗੱਲ ਤੇ ਹੈਗੀ ਕਿ ਉਹਨਾਂ ਦੀ ਬੋਲੀ 'ਚ ਫਰਕ ਆ ਉਹ ਕਹਿੰਦੇ ਕੁਛ ਹੈ ਤੇ ਕਰਦੇ ਕੁਛ ਹੈ ਅਸੀਂ ਲੋਕ ਜੋ ਕਹਿੰਨੇ ਆ ਉਹੀ ਕਰਦੇ ਆ ਅਸੀਂ ਤਾਂ ਸਿਰਫ ਕਿਉਂਕਿ ਉਹਨਾਂ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਹੈ ਉਹ ਤੇ ਪੰਜਾਬ ਨੂੰ ਸਿਰਫ ਲੁੱਟਣ ਵਾਸਤੇ ਆਇਆ ਹੈ ਪੰਜਾਬ ਦੇ ਨੂੰ ਸਿਰਫ ਇਸ ਗੱਲ ਵਾਸਤੇ ਸਤਾ ਹੱਤਿਆਨਵਾਦੀ ਕੋਸ਼ਿਸ਼ਾਂ ਦੇ ਵਿੱਚ ਆਇਆ ਹੈ ਲੇਕਿਨ ਪੰਜਾਬ ਦੇ ਲੋਕ ਤਾਂ ਪੰਜਾਬੀਅਤ ਨੂੰ ਜਾਣਦੇ ਆ ਹਮਦਰਦੀ ਨੂੰ ਜਾਣਦੇ ਆ ਇੱਕ ਦੂਸਰੇ ਦੁੱਖ ਨੂੰ ਜਾਣਦੇ ਆ ਲੇਕਿਨ ਉਹ ਪੰਜਾਬੀਅਤ ਨੂੰ ਵੀ ਨਹੀਂ ਜਾਣਦੇ ਪੰਜਾਬੀਆਂ ਦੇ ਕਲਚਰ ਨੂੰ ਵੀ ਨਹੀਂ ਜਾਣਦੇ ਪੰਜਾਬੀਆਂ ਦੇ ਦੁੱਖ ਸੁੱਖ ਨੂੰ ਵੀ ਨਹੀਂ ਜਾਣਦੇ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਅੱਗੇ ਲੈ ਕੇ ਆਏਗੀ ਔਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਡਾਕਟਰ ਸਾਹਿਬ ਗੱਲਬਾਤ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਵਕਤ ਹੋ ਗਿਆ ਇੱਕ ਹੋਰ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਉਹ ਆਦੀ ਹਾਜ਼ਰੇ ਜਾਂਚ ਦਾ ਵੀ ਚਾਹ ਬ੍ਰੇਕ ਤੋਂ ਬਾਅਦ ਪ੍ਰਾਈਮ ਇਲੈਕਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਡਾਕਟਰ ਸਾਹਿਬ ਜਿਵੇਂ ਤੁਸੀਂ ਵਾਈਸ ਚੇਅਰਮੈਨ ਹੋ ਐਸਸੀ ਕਮਿਸ਼ਨ ਦੇ ਜੋ ਨੈਸ਼ਨਲ ਕਮਿਸ਼ਨ ਹੈ ਸਾਡਾ ਦਲਿਤਾਂ ਦੇ ਉੱਪਰ ਅਤਿਆਚਾਰ ਜਿਹੜੇ ਆ ਇੱਕਦਮ ਵਧਨੇ ਸ਼ੁਰੂ ਹੋਏ ਆ ਘਟਨਾਵਾਂ ਲਗਾਤਾਰ ਆਈਆਂ ਨੇ ਸ਼ਰਾਬ ਮਾਫੀਆ ਵੱਲੋਂ ਦਲਿਤਾਂ ਦੇ ਉੱਪਰ ਅਤਿਆਚਾਰ ਕੀਤਾ ਕਈ ਹਤਿਆਵਾਂ ਵੀ ਹੋ ਗਈਆਂ ਇਹ ਜੋ ਮਸਲੇ ਇੱਕਦਮ ਉੱਠੇ ਨੇ ਇਹਨੂੰ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਦੇਖੋ ਮੈਂ ਤਨਵੇ ਗਲ ਕਵਾਂ ਕਿ ਇਹ ਸਰਕਾਰੀ ਨਸ਼ੇ ਦੇ ਵਿੱਚ ਦੁੱਤ ਲੋਕ ਨੇ ਜਿਨ੍ਹਾਂ ਨੂੰ ਸਰਕਾਰ ਦਾ ਪੂਰਾ ਸੁਰੱਖਿਸ਼ਨ ਪ੍ਰਾਪਤ ਹੈ ਬਾਦਲ ਪਰਿਵਾਰ ਦਾ ਪੂਰਾ ਸੁਰੱਖਿਸ਼ਨ ਪ੍ਰਾਪਤ ਹੈ ਕਿਉਂਕਿ ਸਾਰੇ ਠੇਕਿਆਂ ਦੇ ਵਿੱਚ ਜਿਸ ਸਮੇਂ ਕਿ ਹਰ ਮਾਫੀਆ ਦੇ ਵਿੱਚ ਉਹਨਾਂ ਦੀ ਭਾਈਵਾਲੀ ਹੈ ਔਰ ਤੁਸੀਂ ਪਿੱਛੇ ਦੇਖਿਆ ਹੋਏਗਾ ਕਿ ਬੋਹਰ ਦੇ ਵਿੱਚ ਪੀਮਸ ਐਨ ਹਤਿਆਕਾਂਡ ਹੋਇਆ ਔਰ ਉਹਦੇ ਵਿੱਚ ਸ਼ਿਵ ਲਾਲ ਡੋਡਾ ਅਕਾਲੀ ਦਲ ਦਾ ਸਰਕਲ ਜਥੇਦਾਰ ਸੀਗਾ ਔਰ ਉਹ ਉਹ ਹੀ ਸ਼ਰਾਬ ਦਾ ਸਭ ਤੋਂ ਵੱਡਾ ਮਾਫੀਆ ਸੀ ਉਸ ਨੇ ਆਪਣੇ ਉੱਥੇ ਬੁਲਾ ਕੇ ਇੱਕ ਦਲਿਤ ਨੌਜਵਾਨ ਦੇ ਟੁਕੜੇ ਟੁਕੜੇ ਕਰ ਛੱਡੇ ਔਰ ਉਹਦੀ লাশ ਦਾ ਪਤਾ ਨਹੀਂ ਲੱਗਿਆ ਕਿ ਕਿਸ ਹੱਦ ਤੱਕ ਉਹਨੂੰ ਬੜ ਦਿੱਤਾ ਗਿਆ ਜਦੋਂ ਇਸ ਗੱਲ ਦੇ ਵਾਸਤੇ ਇਹ ਕਮਿਸ਼ਨ ਉੱਥੇ ਗਿਆ ਮੈਂ ਖੁਦ ਉੱਥੇ ਵਿਜ਼ਿਟ ਕੀਤਾ ਤੇ ਜਾ ਕੇ ਦੇਖਿਆ ਕਿ ਪ੍ਰਕਾਸ਼ ਸਿੰਘ ਬਾਦਲ ਜੀ ਬਿਆਨ ਦੇ ਰਹੇ ਕਿ ਇੱਥੇ ਗੈਂਗਵਾਰ ਹੋਈ ਹੈ ਸੁਖਬੀਰ ਬਾਦਲ ਜੀ ਬਿਆਨ ਦੇ ਰਹੇ ਕਿ ਗੈਂਗਵਾਰ ਹੋਈ ਹੈ ਹਰ ਸਿਮਰਨ ਕੋਰ ਬਾਦਲ ਬਿਆਨ ਦੇ ਰਹੀ ਹੈ ਕਿ ਗੈਂਗਵਾਰ ਹੋਈ ਹੈ ਜਿਸ ਉਹਦੀ ਰਿਪੋਰਟ ਮੈਂ ਜਦੋਂ ਹਾਈ ਕੋਰਟ ਨੂੰ ਭੇਜੀ ਹਾਈ ਕੋਰਟ ਦੇ ਚੀਫ ਜਸਟਿਸ ਨੇ ਇਹਨਾਂ ਨੂੰ ਨੋਟਿਸ ਦੇ ਕੇ ਬਾਦਲ ਸਾਹਿਬ ਨੂੰ ਪੁੱਛਿਆ ਕਿ ਦੱਸੋ ਗੈਂਗਵਾਰ ਹੋਈ ਹੈ ਤੇ ਕੋਈ ਸਰਕਾਰ ਨੇ ਪ੍ਰੋਵੈਂਟਲ ਐਕਸ਼ਨ ਪਹਿਲੇ ਕੋ ਲਿਆ ਕਹਿੰਦੇ ਨਹੀਂ ਫਿਰ ਬਾਦਲ ਸਾਹਿਬ ਆਪਣੇ ਬਿਆਨ ਤੋਂ ਮੁਕਰ ਗਏ ਉਹਨਾਂ ਨੇ ਕਿਹਾ ਨਹੀਂ ਜੀ ਗੈਂਗਵਾਰ ਨਹੀਂ ਹੋਈ ਕਾਨੂੰਨ ਆਪਣਾ ਕੰਮ ਕਰੇ ਅੱਜ 27 28 ਲੋਕ ਜਿਹੜੇ ਐ ਉਹ ਕਤਲ ਕਰਨ ਵਾਲੇ ਅੱਜ ਜੇਲ੍ਹ ਦੇ ਵਿੱਚ ਬੰਦ ਐ ਇਸੇ ਤੇ ਇਹ ਨਾਲ ਜੇ ਸੰਗਰੂਪ कांड ਹੋਇਆ ਉਥੇ ਦਲਿਤ ਦੀ ਹੱਤਿਆ ਹੋਈ ਹੈ ਜਵਾਨ ਦੀ ਉਹ ਵੀ ਸ਼ਰਾ ਮਾਫੀਆ ਨੇ ਕੀਤੀ ਹੈ ਉਹਦੇ ਪਿੱਛੇ ਵੀ ਜਥੇਦਰਾ ਦਾ ਹੱਥ ਹੈ ਜੇਕਰ ਇਹਦੇ ਬਾਅਦ ਸੇ ਮਾਨਸਾ ਦੇ ਵਿੱਚ ਹੋਈ ਹੈ ਇਹਦੇ ਵਿੱਚ ਵੀ ਜਲੰਧਰ ਦੇ ਵਿੱਚ ਵੀ ਹੋਈ ਹੈ ਉਹਦੇ ਵਿੱਚ ਵੀ ਜਥੇਦਰਾ ਦਾ ਹੱਥ ਹੈ ਇਹ ਸਾਰਾ ਮਾਫੀਆ ਉਹਨਾਂ ਦਾ ਹੈਗਾ ਔਰ ਇਹ ਜਿੰਨੇ ਕਤਲ ਹੋ ਗਏ ਆ ਇਹਦੇ ਪਿੱਛੇ ਸਰਕਾਰ ਦਾ ਹੱਥ ਹੈ ਸਰਕਾਰ ਦੀ ਛਾਜਛ ਹੈ ਔਰ ਜਿੰਨਾ ਚਿਰ ਤੱਕ ਸਰਕਾਰ ਦੀ ਇੱਛਾ ਸ਼ਕਤੀ ਨਹੀਂ ਹੋਏਗੀ ਮੈਂ ਤਾਂ ਜੁਡੀਸ਼ਲੀ ਦਾ ਧੰਨਵਾਦ ਕਰਦਾ ਕਿ ਔਰ ਮੀਡੀਆ ਦਾ ਧੰਨਵਾਦ ਕਰਦਾ ਕਿ ਇਹ ਦੋ ਜਿਹੜੇ ਸਾਡੇ ਥੰਮਸ ਹੈ ਉਹ ਅਗਰ ਨਾ ਹੋਣ ਤੇ ਪੰਜਾਬ ਦਾ ਹੋਰ ਵੀ ਬੇਰਾਗਰਕ ਹੁੰਦਾ ਇਹ ਦੋਨਾਂ ਨੇ ਸਿਰਫ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੋਇਆ ਔਰ ਹਾਈ ਕੋਰਟ ਨੇ ਸੁਰੱਖਣ ਦਿੱਤਾ ਹੋਇਆ ਉਹਦੇ ਕਰਕੇ ਥੋੜਾ ਸਾਨੂੰ ਬਚਾ ਹੋਇਆ ਇੱਕ ਗੱਲ ਨਵਜੋਤ ਸਿੰਘ ਸਿੱਧੂ ਦੀ ਕਿਉਂਕਿ ਉਹ ਵੀ ਲਗਾਤਾਰ ਚਰਚਾ ਵਿੱਚ ਨੇ ਭਾਵੇਂ ਉਹ ਭਾਜਪਾ ਛੱਡਣ ਤੋਂ ਬਾਅਦ ਤੇ ਇੱਕ ਵੱਖਰਾ ਫਰੰਟ ਬਣਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੁਣਾ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬਿਆਨ ਆਉਂਦੇ ਆ ਕਦੀ ਉਹ ਕਹਿੰਦੇ ਕਿ ਜੇ ਨਵਜੋਤ ਸਿੰਘ ਸਿੱਧੂ ਆਉਂਦੇ ਤਾਂ ਉਹਨਾਂ ਦਾ ਸਵਾਗਤ ਹੈ ਹੁਣ ਉਹ ਕਹਿ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨਹੀਂ ਚਾਹੁੰਦੀ ਕਹਿਣਾ ਕੀ ਚਾਹੁੰਦੇ ਕੈਪਟਨ ਸਾਹਿਬ ਨਵਜੋਤ ਸਿੱਧੂ ਬਾਰੇ ਨਹੀਂ 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 ਕੈਪਟਨ ਸਾਹਿਬ ਉਸ ਮਾਮਲੇ 'ਚ ਕੋਈ ਕਨਫਿਊਜ਼ ਨਹੀਂ ਹੈ ਨਵਜੋਤ ਸਿੰਘ ਸਿੱਧੂ ਜੀ ਕਨਫਿਊਜ਼ ਹੈਗੇ ਆ ਜੀ ਉਹਨਾਂ ਨੂੰ ਬਾਰ-ਬਾਰ ਇਸ ਗੱਲ ਵਾਸਤੇ ਕਿਹਾ ਗਿਆ ਵੀ ਜਿਹੜਾ ਆਦਮੀ ਕਾਂਗਰਸ ਦੀ ਡਾਲਰ ਜੂ ਨੂੰ ਮੰਨੇ ਕਾਂਗਰਸ ਦੇ ਸੰਵਿਧਾਨ ਨੂੰ ਮੰਨੇ ਕਾਂਗਰਸ ਦੇ ਪਿਆਰ ਨੂੰ ਮੰਨੇ ਕਾਂਗਰਸ ਦੀ ਆਡੋਲੋਜੀ ਨੂੰ ਮੰਨੇ ਉਹਦਾ ਕਾਂਗਰਸ ਪਾਰਟੀ ਦੇ ਵਿੱਚ ਸਵਾਗਤ ਹੈ ਔਰ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਅਗਰ ਕਾਂਗਰਸ 'ਚ ਆਣਾ ਚਾਹੁੰਦੇ ਹੈ ਤੇ ਕੋਈ ਮਨਾ ਹੀ ਨਹੀਂ ਹੈ ਉਹ ਕਾਂਗਰਸ ਚਾਹਨ ਉਹਨਾਂ ਦਾ ਸਵਾਗਤ ਹੈ ਔਰ ਇਹ ਗੱਲ ਵੀ ਕਹੀ ਗਈ ਵੀ ਕਾਂਗਰਸ ਪਾਰਟੀ ਦਾ ਉਹਨਾਂ ਦਾ ਪੁਰਾਣਾ ਸਾਥ ਹੈ ਨਵਜੋਤ ਸਿੱਧੂ ਦੀ ਮਦਰ ਦੋ ਵਾਰ ਕਾਂਗਰਸ ਪਾਰਟੀ ਦਾ ਐਮਐਲਏ ਦਾ ਇਲੈਕਸ਼ਨ ਲੜੀ ਹੈ ਨਵਜੋਤ ਸਿੱਧੂ ਦੇ ਫਾਦਰ 15 ਸਾਲ ਲਗਾਤਾਰ ਕਾਂਗਰਸ ਦੇ ਪਟਿਆਲਾ ਦੇ ਪ੍ਰਧਾਨ ਰਹੇ ਹੈ ਔਰ ਮੈਂ ਇਹ ਗੱਲ ਇਸਲੀ बार-बार ਦੁਹਰਾਣਾ ਚਾਹਣਾ ਤੁਸੀਂ ਮੇਰੇ ਕੋਲ ਇਹ ਸਵਾਲ ਪੁੱਛਿਆ ਹੈ ਕਿ ਸਿੱਧੂ ਦੇ ਮਾਮਲੇ 'ਚ ਕਾਂਗਰਸ ਕਨਫਿਊਜ਼ ਨਹੀਂ ਜੀ ਕਾਂਗਰਸ ਦੇ ਮਾਮਲੇ 'ਚ ਸਿੱਧੂ ਕਨਫਿਊਜ਼ ਹੈ ਉਹਦਾ ਕਾਰਨ ਸਿਰਫ ਇਹ ਇਸ ਗੱਲ ਦਾ ਹੈਗਾ ਕਿ ਜਿਹੜੀ ਮੈਡਮ ਨਵਜੋਤ ਕੋਰ ਸਿੱਧੂ ਹੈ ਉਹਨਾਂ 'ਚ ਔਰ ਕੇਜਰੀਵਾਲ ਦੇ ਅੰਦਰ ਮੈਨੂੰ ਬਹੁਤਾ ਫਰਕ ਨਹੀਂ ਨਜ਼ਰ ਆਇਆ ਮੈਂ ਤੁਹਾਨੂੰ ਦੱਸਣਾ ਕਿਉਂ ਜੀ ਉਹਦਾ ਕਾਰਨ ਹੈ ਕਿ ਨਵਜੋਤ ਕੋਰ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ ਉਹਨਾਂ ਨੇ ਪਹਿਲੇ ਆਮ ਆਦਮੀ ਪਾਰਟੀ ਨਾਲ ਗੱਲ ਕੀਤੀ ਆਮ ਆਦਮੀ ਦੀ ਪਾਰਟੀ ਦੀ ਜੂਨੀਅਰ ਲੀਡਰਸ਼ਿਪ ਨੇ ਸੀਨੀਅਰ ਲੀਡਰਸ਼ਿਪ ਨੇ ਵਾਅਦਾ ਕਰ ਲਿਆ ਕਿ ਅਸੀਂ ਸਿੱਧੂ ਨੂੰ ਫੇਸ ਬਣਾਉਣ ਲਈ ਤਿਆਰ ਆ ਉਹਦੇ ਬਾਅਦ ਉਹਨਾਂ ਨੇ ਰਾਜ ਸਭਾ ਤੋਂ ਅਸਿਫਾ ਦੇਵਾ ਦਿੱਤਾ ਔਰ ਬੀਜੇਪੀ ਛੱਡ ਕੇ ਇਧਰ ਨੂੰ ਆ ਗਏ ਜਦੋਂ ਉਹਨਾਂ ਨਾਲ ਬੈਠ ਕੇ ਗੱਲ ਹੋਈ ਤੇ ਉਹਨਾਂ ਨੇ ਇਸ ਗੱਲ ਤੇ ਮਨਾ ਕੀਤਾ ਔਰ ਨਵਜੋਦ ਕੋਰ ਸਿੱਧੂ ਨੇ ਇਸ ਲਈ ਅਸਤੀਫਾ ਦਵਾਇਆ ਕਿ ਉਹ ਆਪਣੇ ਘਰ ਵਾਲੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਔਰ ਕੇਜਰੀਵਾਲ ਨੇ ਆਪਣੀ ਪਤਨੀ ਨਹੀਂ ਜਿਹੜੀ ਕਿ ਕਮਿਸ਼ਨਰ ਹੈ ਉਸ ਤੋਂ ਇਸ ਲਈ ਅਸਤੀਫਾ ਦਵਾਤਾ ਕਿ ਉਹ ਆਪਣੀ ਪਤਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹੈ ਮੈਂ ਸਮਝਦਾ ਕਿ ਦੋਨਾਂ ਦੇ ਸੁਪਨੇ ਕੋਈ ਪੂਰੇ ਨਹੀਂ ਹੋ ਸਕੇ ਵਿਚਾਰਿਆਂ ਦੇ ਇਹ ਦੋਨੇ ਡਗ ਮਗਾਉਣ ਵਾਲੀਆਂ ਕਿਸਤੀਆਂ 'ਤੇ ਸਵਾਰ ਹੋ ਗਏ ਔਰ ਸਿੱਧੂ ਸਾਹਿਬ ਦਾ ਜਿੱਥੋਂ ਤੱਕ ਸਵਾਲ ਹੈਗਾ ਸਿੱਧੂ ਸਾਹਿਬ ਅਗਰ ਕਾਂਗਰਸ ਚ ਆਣਾ ਚਾਹੁੰਦੇ ਹੈ ਕਾਂਗਰਸ ਪਾਰਟੀ ਨੇ ਇਹ ਗੱਲ ਕਹੀ ਕਿ ਕਾਂਗਰਸ ਦੇ ਅੰਦਰ ਸ਼ਾਮਲ ਹੋਣਾ ਹੈ ਤੇ ਆ ਜਾਓ ਅਗਰ ਉਹ ਕਹਿਣ ਕਿ ਸਾਡੇ ਕਿਸੇ ਫਰੰਟ ਦੇ ਨਾਲ ਸਮਝੋਤਾ ਕਰ ਲਓ ਕਾਂਗਰਸ ਪਾਰਟੀ ਕਿਸੇ ਨਾਲ ਸਮਝੋਤਾ ਕਰਨ ਲਈ ਤਿਆਰ ਨਹੀਂ ਹੈ ਕਾਂਗਰਸ ਪਾਰਟੀ ਚ ਕੋਈ ਆਉਣਾ ਚਾਹੁੰਦਾ ਤਾਂ ਉਹਦਾ ਸਵਾਗਤ ਹੈ ਨਵਜੋਤ ਘਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਪੰਜਾਬ ਦਾ ਦੂਜੇ ਪਾਸੇ ਸ਼ਮਸ਼ੇਰ ਸਿੰਘ ਦੂਲੋਂ ਨਾਲ ਦੀ ਗੱਲ ਕਰੀਏ ਤਾਇਤਾ ਰਾਸ ਸਭਾ ਮੈਂਬਰ ਚੁਣਿਆ ਗਿਆ ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਦਲਿਤ ਮੁੱਖ ਮੰਤਰੀ ਹੈ ਉਹ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਤੁਸੀਂ ਦਲਿਤ ਸਮਾਜ ਦੀ ਪੈਰਵਾਹੀ ਕਰਦੇ ਹੋ ਵਕਫਾਕ ਮੰਚਾਂ ਦੇ ਉੱਪਰ ਤੁਹਾਨੂੰ ਕੀ ਲੱਗਦਾ ਕਿ ਵਾਕਈ ਇਸ ਵਕਤ ਲੋੜ ਹੈ ਪੰਜਾਬ ਨੂੰ ਕਿ ਦਲਿਤ ਮੁੱਖ ਮੰਤਰੀ ਦੀ ਦੇਖੋ ਹਿੰਦੁਸਤਾਨ ਦਾ ਸਭ ਤੋਂ ਵੱਡਾ ਇਹ ਜਿਹੜਾ ਪੰਜਾਬ ਹੈ ਦਲਿਤ ਪਾਪੂਲੇਸ਼ਨ ਦਾ ਏਰੀਆ ਹੈਗਾ ਇਥੇ 70% ਦਲਤ ਆਬਾਦੀ ਪੰਜਾਬ ਦੇ ਵਿੱਚ ਵਸਦੀ ਹੈ ਲੇਕਿਨ ਅੱਜ ਮੈਂ ਮਹਿਸੂਸ ਇਹ ਕਰਦਾ ਹਾਂ ਕਿ ਜਿਹੜੀ ਅੱਜ ਦੀ ਨੀਡ ਹੈ ਅੱਜ ਦੀ ਜ਼ਰੂਰਤ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੀ ਜ਼ਰੂਰਤ ਹੈ ਔਰ ਪੰਜਾਬ ਦੇ ਲੋਕ ਸਾਂਝੇ ਤੌਰ ਤੇ ਚਾਹੇ ਧਲੇ ਤੈ ਚਾਹੇ ਜ਼ਮੀਂਦਾਰ ਹੈ ਚਾਹੇ ਵਪਾਰੀ ਹੈ ਚਾਹੇ ਮਜ਼ਦੂਰ ਹੈ ਚਾਹੇ EMPLY ਹੈ ਸਾਰੇ ਜਨੇ ਮਿਲ ਕੇ ਚਾਹੁੰਦੇ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਮੁੱਖ ਮੰਤਰੀ ਬਣਨ ਫਿਰ ਦੂਦੂ ਲੋਨ ਦੀ ਇੱਛਾ ਨੂੰ ਕਿੱਥੇ ਮੰਨਦੇ ਹੋ ਮੈਂ ਇਹ ਗੱਲ ਮੈਂ ਇਹ ਗੱਲ ਮੈਂ ਉਹਨਾਂ ਦੀ ਇੱਛਾ ਦੇ ਨਾਲ ਸਹਿਮਤ ਆ ਮੈਨੀ ਕਹਿੰਦਾ ਮੈਂ ਕੱਲ ਕਹਨਾ ਹੈ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਇਹ ਗੱਲ ਸਹੀ ਹੈ ਲੇਕਿਨ ਇਸ ਵੇਲੇ ਤੇ ਮੈਂ ਗੱਲ ਇਹ ਕਰ ਰਿਹਾ ਤੈਨੂੰ ਕਿ ਅੱਜ ਦਾ ਜਿਹੜਾ ਸਮਾਂ ਹੈਗਾ ਅੱਜ ਦੇ ਸਮੇਂ ਦੀ ਜ਼ਰੂਰਤ ਕੈਪਟਨ ਅਮਰਿੰਦਰ ਸਿੰਘ ਹੈ। ਇਹ ਹਨ ਡਾਕਟਰ ਰਾਜਕੁਮਾਰ ਵੇਰਕਾ ਜਿਨ੍ਹਾਂ ਨੇ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਪਰ ਪ੍ਰਾਈਮੇਸ਼ੀਆ ਟੀਵੀ ਕਿਸੇ ਵੀ ਦਰਸ਼ਕ ਨੂੰ ਕਿਸੇ ਸਿਆਸੀ ਪਾਰਟੀ ਜਾਂ ਕਿਸੇ ਖਾਸ ਉਮੀਦਵਾਰ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਨਹੀਂ ਕਰਦਾ। ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਉਮੀਦਵਾਰਾਂ ਨੂੰ ਸਿਆਸੀ ਆਗੂਆਂ ਨੂੰ ਫੈਸਲਾ ਤੁਹਾਡੇ ਹੱਥ ਇਸ ਦੇ ਨਾਲ ਹੀ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਤੇ ਮੇਰੇ ਨਾਲ ਬੈਠੇ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਦਿਓ ਇਜਾਜ਼ਤ ਸ਼ੁਕਰੀਆ ਆਪ ਤਾਂ ਉਹ ਗੱਲਾਂ ਕਰੂਗੀ ਜਿਹੜਾ ਕਦੇ ਸੋਚੀਆਂ ਹੀ ਨਹੀਂ ਦਿੱਲੀ ਅੱਜ ਉਹਨਾਂ ਤੋਂ ਤਰਾ-ਤਰਾ ਕਰਦੀ ਹੈ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਕਿ ਟਿਕਟਾਂ ਵੇਚਦੇ ਆ ਕਰੋੜਾ ਰੁਪਏ ਇਕੱਠੇ ਕਰਦੇ ਆ ਇੱਕ ਨਹੀਂ ਕਲੀਰ ਦੀ ਗੱਪ ਸੁਬੀ ਸੱਤੇਜੀ ਸਿੰਘ ਮੀਠਾ ਮੈਂ ਅਸੀਂ ਇਕੱਠੇ ਪੜਦੇ ਸੀ ਔਰ ਆ ਜਿਹੜਾ ਬਾਂਦਰ ਜਾਇ ਪਤਾ ਨਹੀਂ ਕਿੱਥੋਂ ਜੰਮਿਆ ਰਿਹਾ ਇਹਨੇ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਅਮਰਿੰਦਰ ਸਿੰਘ ਮੈਨੂੰ ਬਾਂਦਰ ਕਹਿੰਦਾ ਤੋ ਬਾਂਦਰ ਨੂੰ ਬਾਂਦਰ ਨਾ ਕਹਾ ਤਾਂ ਮੈਂ ਕੀ ਕਹਾ 6